ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਅੰਗਰੇਜ਼ ਸਿੰਘ ਸ਼ੇਰਗਿੱਲ ਤੁਸੀਂ ਦੇਖ ਰਹੇ ਹੋ ਪੀਪਲ ਵਾਈਸ ਟੀਵੀ ਕੈਨੇਡਾ ਤੇ ਅਸੀਂ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਸਫ਼ਰ ਨਾਲ ਸੰਬੰਧਿਤ ਇੱਕ ਲੜੀਵਾਰ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਇਹਦੇ ਤੁਸੀਂ ਤਿੰਨ ਐਪੀਸੋਡ ਪਹਿਲਾਂ ਦੇਖ ਚੁੱਕੇ ਹੋ ਤੇ ਅੱਜ ਆਪਾਂ ਚੌਥਾ ਐਪੀਸੋਡ ਇਹਦਾ ਤਿਆਰ ਕਰ ਰਹੇ ਹਾਂ ਏ ਸਾਡਾ ਹੈਗਾ ਗੁਰੂ ਸਾਹਿਬ ਦਾ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਜਾਣ ਦਾ ਜਿਹੜਾ ਸਫ਼ਰ ਹੈ ਵੀ ਉਹ ਕਿੱਥੇ-ਕਿੱਥੇ ਦੀ ਹੋ ਕੇ ਗਏ ਨੇ ਇਹਦੇ ਬਾਰੇ ਆਪਾਂ ਸਾਰਾ ਵਿਚਾਰ ਕਰਾਂਗੇ। ਜਿਹੜਾ ਅਨੰਦਪੁਰ ਸਾਹਿਬ ਦਾ ਕਿਲਾ ਹੈ ਤੇ ਉੱਥੇ ਪਹਾੜੀ ਰਾਜਿਆਂ ਨੇ ਤੇ ਮੁਗਲ ਗਵਰਨਰ ਸੀ ਜਿਹੜਾ ਸਰਹੰਦਾ ਉਹਨਾਂ ਨੇ ਮਿਲ ਕੇ ਕਿਲੇ ਨੂੰ ਘੇਰਾ ਪਾ ਕੇ ਰੱਖਿਆ ਕੋਈ ਕਰੀਬ 6 ਮਹੀਨੇ ਤੋਂ ਵੀ ਵੱਧ ਸਮਾਂ ਸੀਗਾ। ਤੇ ਬਹੁਤ ਮੁਸ਼ਕਲ ਦਾ ਸਮਾਂ ਸੀ ਇਹ ਗੁਰੂ ਜੀ ਨਾਲ ਤੇ ਗੁਰੂ ਜੀ ਫੌਜਿਆਂ ਦੇ ਨਾਲ ਤੇ ਉੱਥੇ 6 ਮਹੀਨੇ ਘੇਰਾ ਪਿਆ ਰਿਹਾ ਤੇ ਗੁਰੂ ਸਾਹਿਬ ਦੀ ਜਿਹੜੀ ਫੌਜੀਆਂ ਉੱਥੇ ਲੜਦੀ ਰਹੀਆਂ ਪਰ ਆਖਰਕਾਰ ਗੁਰੂ ਸਾਹਿਬ ਨੂੰ ਆਪਣੇ ਸਿੰਘਾਂ ਦਾ ਕਹਿਣਾ ਮੰਨ ਕੇ ਉਹ ਅਨੰਦਗੜ੍ਹ ਦਾ ਕਿਲਾ ਛੱਡਣਾ ਤੇ ਆਜ ਨਹੀਂ ਛੱਡਣ ਦਾ ਪ੍ਰੋਗਰਾਮ ਬਣਾ ਲਿਆ ਗੁਰੂ ਸਾਹਿਬ ਨੇ ਤੇ ਜਦੋਂ ਉੱਥੋਂ ਨਿਕਲੇ 20 ਦਸੰਬਰ 1705 ਦੀ ਗੱਲ ਹੈ ਕੋਈ ਅੱਧੇ ਰਾਤ ਤੋਂ ਪਹਿਲਾਂ ਦਾ ਸਮਾਂ ਸੀਗਾ ਗੁਰੂ ਸਾਹਿਬ ਆਪਣੇ 1500 ਸਿੰਘਾਂ ਦੇ ਨਾਲ ਉੱਥੋਂ ਨਿਕਲੇ ਨੇ ਉਦੇ ਚ 500 ਦੇ ਕਰੀਬ ਘੋੜਿਆਂ ਦੀ ਫੌਜ ਸੀ ਬਾਕੀ ਪਿਆਦੇ ਸੀਗੇ ਉੱਥੋਂ ਨਿਕਲ ਕੇ ਗੁਰੂ ਸਾਹਿਬ ਆਪਣੀ ਫੌਜ ਦੇ ਨਾਲ ਹੀ ਸਰਸਾ ਨਦੀ ਦੇ ਪਹੁੰਚ ਗਏ ਤੇ ਸਰਸਾ ਨਦੀ ਦੇ ਕੰਢੇ ਤੇ ਫਿਰ ਪਿੱਛੋਂ ਫੌਜਾਂ ਆ ਰਹੀ ਸੀਗੀਆਂ ਉਹਨਾਂ ਦੀਆਂ ਮੁਗਲਾਂ ਦੀਆਂ ਤੇ ਬਾੜੀ ਰਾਜਿਆਂ ਦੇ ਇਕੱਠੇ ਤੇ ਗੁਰੂ ਸਾਹਿਬ ਦਾ ਇੱਕ ਜਿਹੜਾ ਪਿਛਲਾ ਦਸਤਾ ਸੀ ਗੁਰੂ ਸਾਹਿਬ ਨੇ ਦੋ ਦਸਤੇ ਬਣਾਏ ਹੋਏ ਸੀ ਇੱਕ ਕੁਝ ਸਿੰਘ ਗੁਰੂ ਸਾਹਿਬ ਦੇ ਨਾਲ ਸੀਗੇ ਤੇ ਕੁਝ ਪਿੱਛੇ ਸੀਗੇ ਤੇ ਜਿਹੜੇ ਉਸ ਦਸਤੇ ਦੇ ਸਿੰਘ ਸੀ ਉਹਨਾਂ ਨਾਲ ਬਹੁਤ ਲੜਾਈ ਹੋਈ ਉੱਥੇ ਉਹਨਾਂ ਦੀ ਫੌਜ ਦੀ ਜਿਹੜੀ ਪਹਾੜੀਆਂ ਦੀ ਤੇ ਮੁਗਲ ਗਵਰਨਰ ਦੀ ਸਰੰਦ ਵਾਲੇ ਦੀ ਫੌਜ ਸੀ ਉਹਨਾਂ ਨਾਲ ਤੇ ਉੱਥੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਨੇ ਪਰ ਐਸ ਦੇ ਵਿਚਾਲੇ ਗੁਰੂ ਸਾਹਿਬ ਨੂੰ ਸਰਸਾ ਨਦੀ ਪਾਰ ਕਰਨ ਦਾ ਮੌਕਾ ਮਿਲ ਗਿਆ ਤੇ ਕੁਝ ਸਿੰਘਾਂ ਨੂੰ ਲੈ ਕੇ ਗੁਰੂ ਸਾਹਿਬ ਫਿਰ ਉੱਥੋਂ ਆਪਣੀ ਸਰਸਾ ਨਦੀ ਪਾਰ ਕਰੀ ਤੇ ਨਦੀ ਚ ਉੱਥੇ ਹੜ ਆਏ ਹੋਇਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਤੇ ਕਾਫੀ ਸਾਰੇ ਸਿੰਘ ਜਿਹੜੇ ਸੀਗੇ ਗੁਰੂ ਸਾਹਿਬ ਦੇ ਉਹਦੇ ਚ ਪਾਣੀ ਜਿਵੇਂ ਰੁੜ ਗਏ ਤੇ ਇਹ ਉਹੀ ਥਾਂ ਹੈ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵੀ ਖਿੰਡ ਪੁੰਡ ਗਿਆ ਸੀਗਾ ਜਿਸ ਤੱਕ ਬਹੁਤ ਸਮੇਂ ਬਾਅਦ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਮੇਰਾ ਪਰਿਵਾਰ ਕਿੱਥੇ-ਕਿੱਥੇ ਹੈਗਾ ਤੇ ਜਦੋਂ ਇਹ ਪਾਰ ਕੀਤੀ ਨਦੀ ਸਰਸਾ ਨਦੀ ਉਦੋਂ ਗੁਰੂ ਜੀ ਦੇ ਕੋਲੇ ਸਿੰਘ ਵੀ ਬਹੁਤ ਥੋੜੀ ਮਾਤਰਾ ਚ ਰਹਿ ਗਏ ਸੀਗੇ ਤੇ ਉੱਥੋਂ ਦੀ ਹੁੰਦੇ ਹੋਏ ਗੁਰੂ ਸਾਹਿਬ ਫਿਰ ਅੱਗੇ ਕਨੌਲੀ ਤੇ ਮਲਕਪੁਰ ਇੱਕ ਥਾਂ ਹੈਗੀ ਐ ਉੱਥੇ ਦੀ ਹੁੰਦੇ ਹੋਏ ਗੁਰੂ ਸਾਹਿਬ ਰੋਪੜ ਪਹੁੰਚੇ ਰੋਪੜ ਦੇ ਜਿਹੜੇ ਲੋਕਲ ਪਠਾਨ ਸੀ ਉਹਨਾਂ ਨਾਲ ਵੀ ਗੁਰੂ ਜੀ ਦਾ ਬਹੁਤ ਉਹਨਾਂ ਨੇ ਅੱਗੇ ਹੋ ਕੇ ਹੀਰ ਕੇ ਮੁਕਾਬਲਾ ਕੀਤਾ ਤੇ ਉੱਥੇ ਵੀ ਬਹੁਤ ਸਾਰੀ ਲੜਾਈ ਹੋਈ ਰੋਪੜ ਦੇ ਵਿੱਚ ਰੋਪੜ ਤੋਂ ਫੇਰ ਗੁਰੂ ਸਾਹਿਬ ਅੱਗੇ ਕੋਟਲਾ ਨਿਹੰਗ ਬਾਹਮਣ ਮਾਜਰਾ ਤੇ ਬੂਰ ਮਾਜਰੇ ਦੀ ਹੁੰਦੇ ਹੋਏ ਫੇਰ ਚਮਕੌਰ ਸਾਹਿਬ ਚਮਕੌਰ ਸਾਹਿਬ ਜਾਂਦੇ ਨੇ ਫੇਰ ਉੱਥੇ ਆਪਾਂ ਨੂੰ ਪਤਾ ਹੀ ਹੈ ਕਿ ਚਮਕੌਰ ਸਾਹਿਬ ਦੀ ਬੜੀ ਇਤਿਹਾਸਿਕ ਜੰਗ ਉੱਥੇ ਚਮਕੌਰ ਸਾਹਿਬ ਚ ਹੁੰਦੀ ਹੈ ਤੇ ਇੱਥੇ ਤੱਕ ਦਾ ਆਪਾਂ ਅੱਜ ਗੱਲ ਕਰਦੇ ਹਾਂ ਚਮਕੌਰ ਸਾਹਿਬ ਤੱਕ ਦੀ ਯਾਨੀ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਤੱਕ ਕਿਵੇਂ-ਕਿਵੇਂ ਆਏ ਨੇ ਆਪਾਂ ਇਸ ਐਪੀਸੋਡ 'ਚ ਇਹ ਗੱਲ ਕੀਤੀ ਹੈ ਅਗਲੇ 'ਚ ਚਮਕੌਰ ਸਾਹਿਬ ਤੋਂ ਬਾਅਦ ਦਾ ਜਿਹੜਾ ਗੁਰੂ ਜੀ ਦਾ ਸਫ਼ਰ ਹੈ ਉਹਦੇ 'ਚ ਗੱਲ ਕਰਾਂਗੇ ਤੇ ਇਹ ਐਪੀਸੋਡ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ